ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕੀ ਨਾਮ ਆ ਜੀ ਤੁਹਾਡਾ? ਰਮਨ ਫਰੋਮ ਮੁਕਤਸਰ। ਅੱਛਾ, ਮੁਕਤਸਰ ਤੋਂ ਤੁਸੀਂ, ਤੇ ਤੁਸੀਂ ਸਾਡੇ ਤੋਂ ਕੀ ਟ੍ਰੀਟਮੈਂਟ ਕਰਵਾਇਆ ਸੀ ਤੇ ਕਿੰਨਾ ਟਾਈਮ ਕਰਵਾਇਆ ਤੇ ਕੀ ਤੁਹਾਨੂੰ ਰਿਸਪੌਂਸ ਆ ਜਿਹੜਾ ਉਹ ਮਿਲਿਆ ਹੈਗਾ? ਐਕਚੁਅਲੀ ਮੇਰੇ ਫੇਸ ਤੇ ਹੇਅਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਜੈਂਟਸੋਂ ਹੇਅਰ ਗਰੋਥ ਆਉਂਦੀ ਸੀਗੀ, ਬਟ ਜਦੋਂ ਮੈਂ ਫਸਟ ਸੀਟਿੰਗ ਲਈ ਮੈਨੂੰ ਥੋੜਾ ਜਿਹਾ ਵਧੀਆ ਫੀਲ ਹੋਇਆ। ਉਸ ਤੋਂ ਬਾਅਦ ਮੈਂ 6-7 ਸੀਟਿੰਗਸ ਲਈਆਂ, ਉਹਨਾਂ ਨਾਲ ਮੇਰੇ ਫੇਸ ਤੇ ਫਰਕ ਪੈ ਗਿਆ। ਹੁਣ ਇੱਕ ਵੀ ਵਾਲ ਨਹੀਂ ਆਉਂਦਾ ਤੇ ਮੈਨੂੰ ਬਹੁਤ ਵਧੀਆ ਲੱਗਾ ਇਹਨਾਂ ਨਾਲ, ਇਹਨਾਂ ਦੇ ਹੋਸਪਿਟਲ ਚ ਟ੍ਰੀਟਮੈਂਟ ਲੈ ਕੇ। ਅੱਛਾ ਜੀ, ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਮੀਨਸ ਕਿ ਕਿਸੇ ਨੂੰ ਟੈਂਸ਼ਨ ਹੁੰਦੀ ਹੈ ਕਿ ਮਤਲਬ ਕੋਈ ਨੁਕਸਾਨ ਹੋਊਗਾ ਫੇਸ ਦਾ, ਮੇਰੇ ਫੇਸ ਤੇ ਕੋਈ ਦਾਗ ਕੋਈ ਨਿਸ਼ਾਨ ਕੋਈ ਕੁਛ ਨਹੀਂ ਪਿਆ, ਇਸ ਕਰਕੇ ਅਗਰ ਕਿਸੇ ਨੇ ਟ੍ਰੀਟਮੈਂਟ ਲੈਣਾ ਹੋਵੇ ਤਾਂ ਲੈ ਸਕਦਾ, ਮੈਨੂੰ ਬਹੁਤ ਬੈਟਰ ਫੀਲ ਹੋ ਰਿਹਾ। ਠੀਕ ਹੈ ਜੀ, ਤੁਸੀਂ ਕਰਵਾਇਆ ਕਿੱਥੋਂ, ਇਹ ਵੀ ਦੱਸ ਦਿਓ ਨਾ ਕਿੰਨਾ ਤੋਂ ਕਰਵਾਇਆ ਹੈਗਾ ਟ੍ਰੀਟਮੈਂਟ? ਡਾਕਟਰ ਗੋਇਲ। ਠੀਕ ਹੈ ਜੀ, ਓਕੇ ਮੈਮ, ਥੈਂਕ ਯੂ।